ਘਰ ਦੇ ਬਾਹਰ ਸੈਰ ਕਰ ਰਹੀ ਇੱਕ ਕੁੜੀ ਦੇ ਨਾਲ ਛੇੜਛਾੜ ਕੀਤੀ ਗਈ ਹੈ। ਕਾਰ ਦੇ ਵਿੱਚ ਬੈਠ ਕੇ ਦੋ ਮੁੰਡੇ ਸ਼ਰਾਬ ਪੀ ਰਹੇ ਸੀ ਤੇ ਜਿਵੇਂ ਹੀ ਲੜਕੀ ਇਸ ਕਾਰ ਦੇ ਕੋਲੋਂ ਨਿਕਲੀ ਤਾਂ ਉਹਨਾਂ ਮੁੰਡਿਆਂ ਦੇ ਵੱਲੋਂ ਪਹਿਲਾਂ ਤਾਂ ਲੜਕੀ ਦੇ ਨਾਲ ਛੇੜਛਾੜ ਕੀਤੀ ਗਈ ਤੇ ਜਦੋਂ ਲੜਕੀ ਦੇ ਵੱਲੋਂ ਵਿਰੋਧ ਕੀਤਾ ਗਿਆ ਤਾਂ ਉਹਨਾਂ ਨੇ ਲੜਕੀ ਦਾ ਹੱਥ ਫੜ ਲਿਆ ਤੇ ਉਸ ਨੂੰ ਕਿਡਨੈਪ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ। ਅਜਿਹੇ ਇਲਜ਼ਾਮ ਜੋ ਨੇ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਲਗਾਏ ਗਏ ਨੇ ਤਾਂ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਜਿੱਥੇ ਕਿ ਰਾਤ ਦੀ ਰੋਟੀ ਖਾ ਕੇ ਜਦੋਂ ਇੱਕ ਲੜਕੀ ਸੁਸਾਇਟੀ ਦੇ ਬਾਹਰ ਸੈਰ ਕਰ ਰਹੀ ਸੀ ਤਾਂ ਕੋਲ ਹੀ ਕਾਰ ਦੇ ਵਿੱਚ ਬੈਠ ਕੇ ਦੋ ਬਦਮਾਸ਼ ਸ਼ਰਾਬ ਪੀ ਰਹੇ ਸੀ ਤੇ ਸ਼ਰਾਬ ਦੇ ਨਸ਼ੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਧੁੱਤ ਹੋ ਕੇ ਉਹਨਾਂ ਨੇ ਪਹਿਲਾਂ ਤਾਂ ਲੜਕੀ ਦੇ ਨਾਲ ਛੇੜਛਾੜ ਕੀਤੀ ਤੇ ਜਿਵੇਂ ਹੀ ਲੜਕੀ ਨੇ ਵਿਰੋਧ ਕੀਤਾ ਤਾਂ ਉਸਦੀ ਬਾਂਹ ਤੱਕ ਫੜ ਲਈ। ਬਾਂਹ ਫੜ ਕੇ ਉਸਨੂੰ ਕਿਡਨੈਪ ਕਰਨ ਲੱਗੇ ਸੀ ਪਰ ਮੌਕੇ ਦੇ ਉੱਤੇ ਪਹੁੰਚੇ ਪਰਿਵਾਰਕ ਮੈਂਬਰਾਂ ਨੇ ਉਸਦੀ ਜਾਨ ਨੂੰ ਬਚਾਇਆ। ਹਾਲਾਂਕਿ ਗੁੱਸੇ ਦੇ ਵਿੱਚ ਆਏ ਇਹਨਾਂ ਬਦਮਾਸ਼ਾਂ ਨੇ ਆਪਣੀ ਗੱਡੀ ਦੇ ਵਿੱਚੋਂ ਤੇਜ਼ ਤਾਰ ਹਥਿਆਰ ਤੱਕ ਕੱਢ ਲਏ ਅਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਉੱਤੇ ਹਮਲਾ ਕਰ ਦਿੱਤਾ ਜਿਸ ਦੇ ਵਿੱਚ 3 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਤੇ ਇਸ ਦੌਰਾਨ ਬਦਮਾਸ਼ਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਾਰ ਦੇ ਵਿੱਚੋਂ ਤੇ ਉਹਨਾਂ ਦੇ ਵੱਲੋਂ ਹਥਿਆਰ ਕੱਢੇ ਨੇ ਤੇ ਉਹਨਾਂ ਦੇ ਹੱਥਾਂ ਦੇ ਵਿੱਚ ਵੀ ਤੇਜ਼ ਤਾਰ ਹਥਿਆਰ ਫੜੇ ਹੋਏ ਨੇ। ਹਾਲਾਂਕਿ ਹੁਣ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਗਈ ਹੈ। ਪੁਲਿਸ ਦੇ ਵੱਲੋਂ ਵੀ ਆਲੇ ਦੁਆਲੇ ਲੱਗੇ CCTV ਫੁਟੇਜ ਖੰਗਾਲੀ ਜਾ ਰਹੀ ਹੈ ਕਿ ਆਖਰ ਇਹ ਬਦਮਾਸ਼ ਹੈ ਕੌਣ ਸੀ ਤੇ ਦੱਸ ਦਈਏ ਕਿ ਮਾਮਲਾ ਜਲੰਧਰ ਤੋਂ ਇਹ ਸਾਹਮਣੇ ਆਇਆ ਜਿੱਥੇ ਕਿ ਹੁਣ ਔਰਤਾਂ ਦਾ ਘਰ ਤੋਂ ਬਾਹਰ ਨਿਕਲਣਾ ਵੀ ਕਾਫੀ ਮੁਸ਼ਕਲ ਹੋ ਗਿਆ। ਦੱਸ ਦਈਏ ਕਿ ਬਦਮਾਸ਼ ਪਹਿਲਾਂ ਤਾਂ ਗੱਡੀ 'ਚ ਬੈਠ ਕੇ ਸ਼ਰਾਬ ਪੀ ਰਹੇ ਸੀ ਤੇ ਜਿਵੇਂ ਹੀ ਲੜਕੀ ਨੂੰ ਦੇਖਿਆ ਤਾਂ ਉਹਨਾਂ ਨੇ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ ਹੈ। ਕੀ ਨਾਮ ਹੈ ਜੀ? ਨਰੇਸ਼ ਜੰਗ। ਕੀ ਹੋਇਆ ਜੀ ਸਰ ਤੁਹਾਡਾ? ਹੋਇਆ ਜੀ ਇੱਦਾਂ, ਸਾਡੇ ਥੱਲੇ ਰਹਿੰਦੇ ਆ ਦੋਸਤ, ਉਹਨਾਂ ਦੀ ਲੜਕੀ ਸੈਰ ਕਰ ਰਹੀ ਸੀ ਤੇ ਉਹ ਉਧਰੋਂ ਦੋ ਮੁੰਡੇ ਆਏ ਕਾਰ ਦੇ ਵਿੱਚ, ਪਤਾ ਨਹੀਂ ਦਾਰੂ ਦੂਰੂ ਪੀਤੀ ਹੋਣੀ ਉਹਨਾਂ ਨੇ ਤੇ ਆਪਣੇ ਉਹਨੂੰ ਕਹਿਣ ਲੱਗ ਕੇ ਉਹਨੂੰ ਕਿਡਨੈਪ ਕਰਨ ਦੀ ਉਹਨਾਂ ਕੋਸ਼ਿਸ਼ ਕੀਤੀ ਲੜਕੀ ਨੂੰ। ਹਾਂਜੀ, ਲੜਕੀ ਨੇ ਫਿਰ ਬਾਂਹ ਛੁੜਾ ਲਈ ਆਪਣੇ ਤੇ ਫਟਾਫਟ ਦੌੜੀ ਆਈ ਅੰਦਰ, ਪਾਪਾ ਆਈ ਉਹ ਨਹੀਂ। ਲੜਕੀ ਉੱਥੇ ਦੀ ਰਹਿਣ ਵਾਲੀ? ਅਸੀਂ ਉੱਥੇ ਆਏ, ਅਸੀਂ ਗਰਾਊਂਡ ਫਲੋਰ ਤੇ ਰਹਿੰਦੇ ਹਾਂ। ਬੱਲੇ ਸੈਰ ਕਰ ਰਹੀ ਸੀ ਲੜਕੀ ਨਾਲ? ਹਾਂਜੀ, ਉੱਥੇ ਫਲੈਟ ਉਹਨਾਂ ਦੇ ਫਲੈਟ ਦੇ ਬਾਹਰ ਉਹ ਸੈਰ ਕਰ ਰਹੀ ਆ ਉਹਦੇ ਆਪਣੇ ਅਪਾਰਟਮੈਂਟ 'ਚ ਸੈਰ ਕਰ ਰਹੀ ਸੀ ਤੇ ਆਪਣੇ ਉਹ ਫਿਰ ਅਸੀਂ ਬਾਹਰ ਆਏ ਸਾਰੇ ਜਣੇ ਤੇ ਉਹ ਅੰਦਰੋਂ ਫਿਰ ਇਹਨਾਂ ਨੇ ਭਰਾ ਆਪਣੇ ਸਾਲਾ ਸਾਹਿਬ ਨੂੰ ਵੀ ਬੁਲਾ ਲਿਆ, ਸਾਰਿਆਂ ਨੂੰ ਬੁਲਾ ਲਿਆ ਤੇ ਉਹਨਾਂ ਨੇ ਫਿਰ ਨਾ ਆਪਣੇ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਕਿਉਂ ਆਪਣੇ ਕੁੜੀ ਦੇ ਤੁਸੀਂ ਕਹਿੰਦੇ ਜੀ ਅਸੀਂ ਨਹੀਂ ਕੀਤਾ। ਮੈਂ ਕਿਹਾ ਜੀ ਕੁੜੀ ਝੂਠ ਥੋੜ੍ਹਾ ਬੋਲਦੀ ਹੈ। ਉਹ ਫਿਰ ਉਹਨਾਂ ਨੇ ਕੰਡਾਸਾ ਲਿਆ ਕੇ ਨਾ ਅਟੈਕ ਕਰਤਾ ਕਾਰ ਦੇ ਵਿੱਚ ਹੀ, ਪੂਰੀ ਤਿਆਰੀ ਨਾਲ ਜਿੱਦਾਂ ਹੁੰਦਾ ਨਾ ਕਾਰ ਦੇ ਵਿੱਚ ਅਸੀਂ ਗੰਡਾਸਾ ਕੱਢਿਆ ਉਹਨਾਂ ਨੇ ਲਿਆ ਕੇ ਭਾਈ ਸਾਹਿਬ ਦੇ ਮਾਰਿਆ, ਉਹਨਾਂ ਦੇ ਹੱਥ ਸਾਰੇ ਵੱਢ ਦਿੱਤੇ ਉਹਨਾਂ ਦੇ ਦੋਨੋਂ ਹੱਥ ਤੇ ਮੈਂ ਉਹ ਫਿਰ ਧੌਣ ਤੇ ਮਾਰਿਆ ਲੱਗਾ ਨਾ ਮੈਂ ਉਹਦੇ ਬਾਹ ਫੜਨ ਲੱਗਾ ਤੇ ਮੇਰੇ ਇੱਥੇ ਮਾਰਿਆ, ਸਿਰ 'ਚ ਵੀ ਮਾਰਿਆ ਉਹਨੇ, ਮੇਰੇ ਇੱਥੇ ਮਾਰਿਆ ਇੱਥੇ, ਮੇਰੇ ਟਾਂਕੇ ਲੱਗੇ। ਦੱਸ ਨਹੀਂ ਕਿ ਨੰਬਰ ਵਗੈਰਾ ਗੱਡੀ ਦਾ ਪਤਾ ਲੱਗਾ? ਨੰਬਰ ਸਾਡੇ ਕੋਲ ਵੀਡੀਓ ਹੈਗੀ, ਜਿਹੜੇ ਵਿਅਕਤੀ ਨੇ ਹਮਲਾ ਕੀਤਾ ਉਹ ਦੇਖੇਗਾ ਜੀ ਤੁਸੀਂ ਪਹਿਲਾਂ? ਬੰਦਾ ਫੜ ਲਿਆ ਸੀ, ਇੱਕ ਬੰਦਾ ਭੱਜ ਗਿਆ। ਅੱਛਾ, ਇੱਕ ਬੰਦਾ ਫੜ ਲਿਆ, ਇੱਕ ਬੰਦਾ ਕਰਦਾ ਹੈਂਡ ਓਵਰ ਪੁਲਿਸ ਨੂੰ? ਥਾਣੇ ਦੇ ਦਿੱਤਾ ਉਹਦੀ ਵੀਡੀਓ ਸਾਰੀ ਹੈਗੀ ਸਾਡੇ ਕੋਲ, ਤੁਹਾਨੂੰ ਦਿਖਾ ਸਕਦੇ ਆ ਗੰਡਾਸਾ ਲੈ ਕੇ ਹੈਗੀ, ਤੁਹਾਡੀ ਵੀਡੀਓ ਹੈਗੀ ਹੈ। ਕਿਵੇਂ ਦੇਖਦੇ ਹੋ ਸਰ ਕਿ ਇੰਨੀ ਗੁੰਡਾਗਰਦੀ ਜਿਹੜੀ ਆ ਹੋ ਰਹੀ ਆ, ਕਿ ਇਸ ਕਿਵੇਂ ਲੈਂਦੇ ਇਹਨੂੰ? ਕੋਈ ਅੱਛਾ ਏਰੀਆ ਤੁਹਾਡਾ, ਕਲੋਨੀ ਅੱਛੀ ਕਲੋਨੀ, ਉੱਥੇ ਇਦਾਂ ਦੇ ਕੰਮ ਹੋਣ ਤਾਂ ਬੜੀ ਮਾੜੀ ਗੱਲ ਆ, ਬੜੀ ਮਾੜੀ ਗੱਲ ਆ ਜੀ। ਅਸੀਂ ਤਾਂ ਕੀ ਕਹਿ ਸਕਦੇ ਹੁਣ, ਅੱਛਾ ਜੀ ਸਾਢੇ 8 ਵਜੇ ਦੀ ਗੱਲ, ਆ ਦੇਖੋ ਅੱਜ ਗੰਡਾਸਾ ਫੜਿਆ ਉਹਨੇ। ਆ ਦੇਖੋ ਆ ਦੇਖੋ ਗੰਡਾਸਾ, ਇਹ ਬੰਦਾ ਗੱਡੀ 'ਚ ਆਈ ਹੈ ਭਾਈ? ਆ ਕਾਰ 'ਚ ਗੱਡੀ ਸੀ, ਗੱਡੀ ਨੰਬਰ ਵੀ ਹੈਗਾ ਉਹਨਾਂ ਦਾ, I-10 ਗੱਡੀ ਹੈ।
ਕੀ ਨੰਬਰ ਕੀ ਸਰ ਗੱਡੀ ਦਾ? ਨੰਬਰ 20 65 20 39 65. ਇਹ ਕਿੱਥੇ ਦਾ ਸਟ੍ਰਕਚਰ ਰਹਿਣ ਵਾਲਾ ਕੋਈ ਇਹਦੇ ਬਾਰੇ ਕੋਈ ਡਿਟੇਲ ਕੁਝ ਨਹੀਂ ਪਤਾ ਨਹੀਂ? ਜਿਹੜਾ ਬੰਦਾ ਫੜਿਆ ਪੁਲਿਸ ਨੇ ਦੱਸਿਆ ਕਿੱਥੇ ਦਾ ਰਹਿਣ ਵਾਲਾ? ਕੌਣ ਆ ਵੈਰੀਫਾਈ ਕੀਤਾ? ਹਲੇ ਕੁਝ ਇਨਕੁਆਇਰੀ ਚੱਲ ਰਹੀ। ਠੀਕ ਹੈ,